ਸਾਰਿਆਂ ਦਾ ਸਾਡੇ ਚੈਨਲ ਤੇ ਸਵਾਗਤ ਹੈ। ਕਣਕ ਦਾ ਸੀਜ਼ਨ ਸੀ ਗਾੜੀ ਦਾ, ਕਣਕ ਦੀ ਵਾਢੀ ਪੂਰੀ ਹੋਣ ਤੋਂ ਬਾਅਦ ਤੂੜੀ ਦਾ ਕੰਮ ਵੀ ਅੱਜ ਐਂਡ ਆ ਗਿਆ। ਆਖਰੀ ਦਿਨਾਂ ਸਾਡੇ ਅੱਜ ਤੂੜੀ ਦੇ ਕੰਮ ਦਾ, ਕੁੱਪ ਭਰੇ ਜਾ ਰਹੇ ਨੇ ਤੂੜੀ ਦੇ। ਅੱਗੇ ਕਾਹੀ ਦੇ ਕੁੱਪ ਹੁੰਦੇ ਸੀਗੇ, ਅੱਜ ਕੱਲ ਮਾਡਰਨ ਜ਼ਮਾਨਾ ਹੋ ਗਿਆ, ਉਹਦੇ ਨਾਲ ਕੁੱਪ ਵੀ ਚੇਂਜ ਹੋ ਗਏ, ਕੁੱਪ ਵੀ ਮਾਡਰਨ ਹੋ ਗਏ, ਰੈਡੀਮੇਡ ਕੁੱਪ ਆ ਗਏ। ਬਾਕੀ ਪਿੰਡਾਂ ਦੇ ਵਿੱਚ ਤਾਂ ਬਹੁਤ ਟਾਈਮ ਪਹਿਲਾਂ ਦੇ ਕੁੱਪ ਭਰਦੇ ਸੀਗੇ, ਸਾਡੇ ਪਿੰਡ ਐਤਕੀ ਸ਼ੁਰੂ ਕੀਤਾ ਕੰਮ। ਐਤਕੀ ਬਹੁਤ ਘਰਾਂ ਨੇ ਇਹ ਕੁੱਪ ਭਰੇ ਨੇ, 3,000-4,000 ਅਲੱਗ ਅਲੱਗ ਰੇਟ ਆ ਕੁੱਪ ਦਾ, ਵਾਟਰਪਰੂਫ ਕੁੱਪ ਨੇ। ਬਾਕੀ ਵਰਤ ਕੇ ਪਤਾ ਲੱਗੂ ਵੀ ਦੇਖੋ ਕਿੱਦਾਂ ਦੇ ਰਹਿੰਦੇ ਨੇ, ਕਿੱਦਾਂ ਦੇ ਚੱਲਦੇ ਨੇ ਕੁੱਪ। ਦਿਖਾ ਦਿਓ ਬਾਈ ਜੀ ਕੁੱਪ ਸਾਰੇ ਭਰਦੇ ਕਿਵੇਂ ਆ ਜੀ, ਕੁੱਪਾਂ ਦਾ ਕੰਮ ਠੀਕ ਰਹਿੰਦਾ ਇਹ ਰੈਡੀਮੇਡ ਦਾ? ਕੁੱਪਾਂ ਦਾ ਕੰਮ ਬਹੁਤ ਵਧੀਆ ਵੀਰੇ, ਰੈਡੀਮੇਡ ਕੁੱਪਾਂ ਦਾ। ਕੀ ਉਹਦਾ 3,000 ਰੇਟ ਪਰ ਲੈਦਾ ਨਾ ਕਾਲੇ ਦਾ? ਕਾਲੇ ਦਾ 3,000 ਰੇਟ ਹੈ, ਇਹਦਾ 4, ਇਹਦਾ 4,000 ਹੈ। ਕਾਲਾ ਕਾਲੇ ਦਾ ਸਾਈਜ਼ ਆ 60x12 ਫੁੱਟ ਦਾ, ਇਹ 65x12 ਫੁੱਟ ਦਾ। ਫਿਰ ਟਰਾਲੀ ਦਾ ਉਹ ਚ ਬਰਾਬਰ ਪਈਆਂ ਨੇ, ਫਰਕ ਤਾਂ ਕੋਈ ਪਿਆ ਨਹੀਂ? ਇੱਕ ਟਰਾਲੀ, ਅੱਧੀ ਟਰਾਲੀ ਦਾ ਫਰਕ ਪੈਂਦਾ ਜ਼ਿਆਦਾ ਤੋਂ ਜ਼ਿਆਦਾ। 19 ਦੱਬ ਕੇ ਪਾਈ ਆ, ਉਹਦਾ ਆਪਾਂ ਉੱਪਰ ਡੀਸੀ ਕੱਢਤੀ, ਉੱਪਰ ਕਾਗਜ਼ ਪਾਵਾਂਗੇ, ਇਹਦਾ ਉੱਪਰ ਆਪਾਂ ਥੋੜਾ ਛੱਡਤਾ ਜੇ ਬੰਨਿਆ ਗਿਆ, ਬੰਨਦਾ ਨਹੀਂ ਕਾਗਜ਼ ਪਾ ਦਾਂਗੇ। ਹਾਂ ਉੱਪਰ ਬੰਨਿਆ ਤਾਂ ਜਾਊਗਾ ਨਾ? ਹਾਂਜੀ ਹਾਂਜੀ। ਦੇਖੋ ਨਾ ਜੀ, 2 ਸਾਲ ਚੱਲੇ ਆ, 3 ਸਾਲ ਚੱਲੇ ਆ ਨਾ, ਕੁਛ ਫਰਕ ਮੁੱਲ ਤਾਂ ਮੋੜੂ ਯਾਰ। ਜੇ ਆਪਾਂ ਕਿਰਾਏ ਤੇ ਵੀ ਗਰੰਟੀ ਦਿੰਦੇ ਨੇ ਵੈਸੇ ਦੁਕਾਨਦਾਰ, 3 ਸਾਲ ਦੀ 3 ਸਾਲ ਦੀ ਜੇ ਆਪਾਂ ਕਿਰਾਏ ਤੇ ਵੀ ਲੈ ਕੇ ਪਾਉਣੇ ਆ ਤਾਂ ਵੀ ਮਹਿੰਗਾ ਪੈਂਦਾ ਜੀ, ਤਾਂ ਉਹਨੂੰ ਸਸਤਾ ਹੀ ਪਿਆ। ਕਿਉਂ ਹੁਣ ਦੇਖ 11 ਟਰਾਲੀਆਂ ਉਹ ਚ, 11 ਚ 22 ਤੇ ਇਹ ਤਾਂ ਫੁੱਲ ਭਰਨਾ ਨਹੀਂ, 7-8 ਟਰਾਲੀਆਂ ਚ ਪੈ ਜਾਣਗੀਆਂ। ਫਿਰ ਇੰਨਾ ਕਿਰਾਏ ਤੇ ਲੈਂਦੇ ਕਿੰਨੇ ਦਾ ਪੈਂਦਾ? ਫਿਰ ਸੋਚ ਕੇ ਦੇਖੋ ਭਾਈ, ਸਮਾਂ ਬਦਲ ਗਿਆ, ਠੀਕ ਹੈ ਨਾ, ਸਮਾਂ ਬਦਲੀ ਜਾਂਦਾ। ਇੱਥੇ ਕੋਈ ਆਪਣਾ ਖਰਚਾ ਨਹੀਂ ਜ਼ਿਆਦਾ, ਜੇ ਆਪਾਂ ਦੂਜੇ ਕੁੱਪ ਬੰਨਦੇ ਆ ਤੇ 17-18 ਹਜ਼ਾਰ ਰੁਪਿਆ ਖਰਚਾ ਆ ਜਾਂਦਾ ਆਮ ਤੌਰ ਤੇ। ਕਾਹੀ ਵਾਲੇ ਕੁੱਪ ਤੇ ਵੀ ਕਾਹੀ ਵਾਲੇ ਇੰਨਾ ਖਰਚਾ ਆ ਜਾਂਦਾ, ਇੰਨਾ ਆਉਂਦਾ, ਫਿਰ ਤੇ ਸਸਤਾ ਪੈਂਦਾ ਜੀ ਜੀ। ਇਹ ਬਹੁਤ ਨਾ, ਸਾਰਾ ਭਰਨ ਤੇ ਟੋਟਲੀ ਖਰਚਾ ਹੈਗਾ 17,000-18,000 ਸਾਰਾ ਟੋਟਲੀ? ਫਿਰ ਤਾਂ ਖਾਸਾ ਫਰਕ ਪੈਂਦਾ ਯਾਰ ਜੀ ਜੀ ਜੀ। ਨਾਲੇ ਉਹ ਕਿੰਨਾ ਔਖਾ ਬੰਨਣਾ ਕਰਨਾ, ਪਹਿਲਾਂ ਤਾਂ ਕਾਹੀ ਕਿਨੇ ਕਿੰਨੀ ਔਖੀ ਮਿਲਦੀ ਆ, ਬਹੁਤ ਔਖਾ ਜੀ। ਲੇਬਰ ਨੂੰ ਵੀ ਬਹੁਤ ਔਖਾ, ਲੇਬਰ ਵਾਸਤੇ ਗਰਦੇ ਤੋਂ ਬਚਦੇ ਨੇ, ਗਰਦੇ ਤੋਂ ਬਚਦੇ ਨੇ, ਹਵਾ ਲੱਗਦੀ ਆ ਅੰਦਰ ਨਾਲੋਂ। ਨਾਲੇ ਅੱਜ ਕੱਲ ਲੱਭਣੀ ਕਾਹੀ ਬਹੁਤ ਔਖੀ ਆਪਣੇ ਏਰੀਆ 'ਚ, ਇਹੋ ਜੀ ਗੱਲ ਨਹੀਂ। ਅੱਗੇ ਤਾਂ ਕਿਨੇ ਆਮ ਹੁੰਦੀ ਸੀ, ਹੁਣ ਕਿੱਥੇ ਆਮ ਆਪਣੇ? ਹਾਂਜੀ ਹੁਣ ਤਾਂ ਕਾਹੀ ਵੀ ਦੇਖਣੀ ਪੈਂਦੀ ਆ ਵੀ ਕਿਹਦੇ ਹੋਊ, ਹੁਣ ਹੀ ਨਹੀਂ ਆਪਣੇ ਰੇਲਵੇ ਲੈਣ ਤੇ ਹੁੰਦੀ ਸੀ, ਅੱਗੇ ਰੇਲਵੇ ਲੈਣ ਤੇ ਹੁੰਦੀ ਸੀ ਅੱਗੇ, ਹੁਣ ਮੈਨੂੰ ਤਾਂ ਲੱਗਦਾ ਨਹੀਂ ਵੀ ਉੱਥੇ ਹੋਊਗੀ ਕਾਹੀ। ਕਿਉਂ ਤੁਹਾਨੂੰ ਫਾਇਦਾ ਹੋਇਆ ਬਿਹਾਰੀਓ? ਹੈ ਕੀ ਫਾਇਦਾ, ਚੱਲ ਦੱਸ ਕੀ ਫਾਇਦਾ, ਕੀ ਫਾਇਦਾ? ਇਸਕੋ ਭਰਨੇ ਸੇ ਜੋ ਹੈ ਯਹਾਂ ਗਰਦਾ ਤੋ ਆਤੀ ਨਹੀਂ ਹੈ, ਕਮਰੇ ਮੇ ਭਰੇਂਗੇ ਤੋ ਗਰਦਾ ਵੀ ਜਾਤੀ ਹੈ। ਗਰਦਾ ਕਹਾਂ ਚਲਾ ਜਾਤਾ ਹੈ ਫਿਰ? ਯੇ ਉੜ ਜਾਤਾ ਹਵਾ ਚਲੀ। ਅੱਛਾ, ਦੂਸਰੇ ਮੇ ਹਵਾ ਮੇ ਉੜਤਾ ਨਹੀਂ ਥਾ? ਨਹੀਂ ਤੋ ਅੰਦਰ ਮੇ ਵਰਤੇ ਹੈ ਤੋ ਬਹੁਤ ਗਰਦਾ ਲਗਤਾ ਹੈ। ਇਹ ਤੋ ਖੇਤ ਕਰਕੇ ਫਾਇਦਾ ਆਪਕਾ, ਉਹ ਤਾਂ ਅਗਰ ਕਮਰੇ ਮੇ ਡਾਲਤੇ ਤੋ ਫਿਰ ਔਖਾ ਹੁੰਦਾ। ਵਾਂ ਸੇ ਲੈ ਜਾਣਾ ਪੜਦਾ ਹੈ, ਪਾਸ ਮੇ ਹੈ ਨਾ, ਇੱਥੇ ਖੁੱਲੀ ਜਗ੍ਹਾ ਹਵਾ ਲੱਗਦੀ ਆ, ਨਾਲੇ ਇੱਥੇ ਆਏ ਮੌਜ ਆ ਹਨਾ। ਕਿਹੜਾ ਕੋਈ ਲਵੇ ਆਉਂਦਾ ਚਾ ਘੰਟਾ ਬਹਿ ਜਾ ਮਗਰੋਂ, ਮਸ਼ੀਨ ਖੜਦੀ, ਕਿਹੜਾ ਮਾਲਕ ਨੂੰ ਪਤਾ ਲੱਗਦਾ? ਨਹੀਂ ਫਰਕ ਤਾਂ ਪੈਂਦਾ, ਹੁਣ ਤੁਸੀਂ ਉੱਥੇ ਕਹਿੰਦੇ ਘਰੇ ਭਰਦੇ ਹਨਾ, ਮਾਲਕ ਗੁਆਂਢੀ ਨੇ ਉੱਥੇ ਹੀ ਬੈਠੇ ਰਹਿੰਦੇ ਤੁਹਾਡੇ ਸਿਰ ਤੇ, ਇਹ ਤਾਂ ਫਰਕ ਪੈਂਦਾ। ਇੱਥੇ ਇੰਨੀ ਦੂਰ ਕਿੱਥੇ ਆਉਣਗੇ ਮਾਲਕ, ਜੇ ਮਰਜ਼ੀ ਮੰਤਰੀ ਬੈਠੇ ਰਹੋ, ਕੋਈ ਨੀ ਹੈਗਾ, ਨਾ ਕਿਸੇ ਨੇ ਦੇਖਣਾ, ਕਿਸੇ ਨੂੰ ਨੀ ਪਤਾ ਲੱਗਦਾ। ਜਦ ਨੂੰ ਵੀਡੀਓ ਦੇਖਣਗੇ ਉਦੋਂ ਸਮਾਂ ਲੰਘ ਜੂ। ਰੱਬ ਐਤਕੀ ਪਤਾ ਨਹੀਂ ਕਿਹੜੇ ਰੰਗਾਂ 'ਚ ਕਿਸਾਨਾਂ ਤੋਂ ਨਾਰਾਜ਼ ਲੱਗਦਾ। ਪਹਿਲਾਂ ਕਣਕਾਂ 'ਤੇ ਇੰਨਾ ਮੀਂਹ ਪਿਆ, ਗੜੇਮਾਰੀ ਹੋਈ, ਹੁਣ ਤੂੜੀ 'ਤੇ ਕੱਲ੍ਹ ਪਿਆ, ਅੱਜ ਫੇਰ ਕੰਮ ਰੋਕਤਾ। ਪਤਾ ਨਹੀਂ ਕੀ ਨਾਰਾਜ਼ਗੀ ਐਤਕੀ ਰੱਬ ਨੂੰ, ਬੁਰਾ ਹਾਲ ਕਰ ਰੱਖਿਆ ਐਤਕੀ ਤਾਂ ਮੀਂਹ ਨੇ, ਕੰਮ ਹੀ ਨਹੀਂ ਚੱਲਦਾ। ਪਹਿਲਾਂ ਕਣਕ ਮਸਾਂ ਵੱਢੀ ਗਈ ਆ, ਹੁਣ ਤੂੜੀ ਮਸਾਂ ਹੋ ਰਹੀ ਆ। ਪਹਿਲਾਂ ਕੱਲ੍ਹ ਪਿਆ, ਦੁਪਹਿਰੇ ਚੱਲੀ, ਹੁਣ ਫੇਰ ਖੜ ਗਈ ਮਸ਼ੀਨ, ਕਾਫੀ ਜ਼ਿਆਦਾ ਮੀਂਹ ਆ ਅੱਜ ਵੀ। ਖੋਲ੍ਹਣਾ ਸਭ ਤੋਂ ਔਖਾ ਯਾਰ ਹੈ ਨਾ, ਇਹ ਖੋਲ੍ਹਣਾ ਬਹੁਤ ਔਖਾ ਹੈ ਨਾ, ਇਹ ਘੱਟੋ ਘੱਟ 5-6 ਬੰਦੇ ਤਾਂ ਘੱਟੋ ਘੱਟ ਚਾਹੀਦੇ ਨੇ ਇਹਨੂੰ ਖੋਲ੍ਹਣ ਖਾਤਰ। ਫਿਰ ਨੀਚੋ ਲੜ ਦੱਬਣਾ ਪੂਜਦਾ ਨਾ, ਕਈ ਸਰ ਜੂਗਾ ਯਾਰ, ਕਿਉਂ ਲੜ ਦੱਬੇ ਬਣੇ ਫਿਰ ਸਾਈਡਾਂ ਤੋਂ ਨਿਕਲੂ ਨੀ ਬਾਹਰ, ਸਾਈਡਾਂ ਤੋਂ ਟਾਈਟ ਹੋ ਜੂ ਬੱਚੇ। ਅੱਛਾ ਹੁਣ ਜਾਨੀ ਕਿ ਤੂੜੀ ਪਈ ਜਾਊ ਹੈ ਨਾ, ਇਹ ਉੱਪਰ ਨੂੰ ਆਈ ਜਾਊ ਨਾ, ਜਿਹੜੀਆਂ 2 ਪੰਡਾ ਉੱਧਰ ਸੁੱਟ ਕੇ, 2 ਇੱਧਰ ਗੋਲ ਚੱਕਰ 'ਚ ਕਿਨਾਰੀਆਂ ਸੁੱਟ ਕੇ, ਫਿਰ ਉਹ ਖੁੱਲੀ ਜਾਊ ਨਾਲ ਹੁੰਦੇ ਨਾ। ਲਓ ਜੀ ਖੋਲਤਾ, ਮੰਤਰੀ ਜੀ ਭਰ ਦਿਓ ਹੁਣ, ਕਰ ਕਾਸਰ ਨਾ ਰਹਿ ਜੀ ਚੰਗਾ। ਕੈ ਪੈ ਗਈਆਂ ਉਹ 'ਚ, ਘੱਟ ਨਹੀਂ ਪਈਆਂ? ਅੱਛਾ ਇਹਨੂੰ ਉੱਪਰੋਂ ਬੰਦ ਕਰ, ਤਰਪਾਲ ਨਹੀਂ ਪਾਉਣੀ ਜਾਨੀ ਕਿਹਦੇ ਉੱਪਰ, 2 ਘੱਟ ਪੈਂਦੇ 3 ਫਿਰ ਹੈ ਨਾ। ਤੁਸੀਂ ਦੁਪਹਿਰੇ ਜੋ ਬ੍ਰੇਕ ਕਰਦੇ ਥੋੜੀ ਕਰਦੇ ਨਹੀਂ, ਹੋਰ ਤਾਂ ਕੀ ਕਰਦੇ? ਨਹੀਂ ਤੇਰਾ ਅੰਕਲ ਹੋ ਜੂ ਵਿਆਹ ਤੇਰਾ, ਹੋਰ ਆਏ ਨਾ ਫਿਰ ਚਿੱਟਾ ਕਰ ਲਾਂਗੇ ਹੈਂ।
पर मेहनत नहीं करता कोई बंदा। अच्छा भी पराली वाले ठीक है कुप कराने दूसरे लोट बंद हुए इन्नी ट्राली एक जी बेजन गया पर ऐसे की आ बाकी पिंडा तक ना लोग बहुत हैं पहले ना बंदे सी है अपने पिंड तो ऐसे की है पहली बार नहीं 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 ब्रे आ सीट वाले बहुत बंदे हैं ना बंदे हैं ये पता की गला है थोड़े टाइम बाद खराब हो जाता है 3 साल दी गारंटी देने पार्टी गल कर देखो ना गारंटी तो ब्रे बंदे दी नहीं हैगी हां ये तो गल सही है ये तो गल सही है ਹੁਣ ਆਪਾਂ ਉਰੇ ਖੜੇ ਆ ਆਪਣੀ ਕੋਈ ਗਾਰੰਟੀ ਨਹੀਂ ਹੈਗੀ ਕੋਈ ਗਾਰੰਟੀ ਨਹੀਂ ਜੇ ਉੱਪਰੋਂ ਕੁੱਪ ਨੂੰ ਬੰਦ ਕਰਨਾ ਤਾਂ 9 ਟਰਾਲੀਆਂ ਪੈਣਗੀਆਂ ਜੇ 11 ਟਰਾਲੀਆਂ ਪਾਉਣੀਆਂ ਨੇ ਤਾਂ ਫਿਰ ਐ ਉੱਪਰੋਂ ਢੱਕਣਾ ਪਊ ਜਿਵੇਂ ਇਹ ਕੁੱਪ ਅਲੱਗ ਕਾਗਜ਼ ਨਾਲ ਢੱਕੇ ਨੇ ਉੱਪਰੋਂ 11 ਪਾ ਕੇ ਜੇ ਤੁਸੀਂ ਕਾਗਜ਼ ਉੱਪਰ ਨਹੀਂ ਪਾਉਣਾ ਤਾਂ ਫਿਰ 9 ਟਰਾਲੀਆਂ ਪਾ ਕੇ ਉੱਪਰੋਂ ਇਹੀ ਕੁੱਪ ਦੇ ਰੱਸੀ ਹੁੰਦੀ ਆ ਉਹਨੂੰ ਖਿੱਚ ਕੇ ਬੰਨੀ ਜਾਂਦੀ ਜਿਵੇਂ ਦੂਸਰੇ ਕੁੱਪ ਤੇ ਹੁਣ ਬੰਨੀ ਸੀਗੀ ਉਹਦੇ ਉੱਪਰੋਂ ਬੰਨੀ ਜਾਂਦੀ ਤਾਂ 2 ਟਰਾਲੀਆਂ ਘੱਟ ਪੈਣਗੀਆਂ ਜੇ ਵੱਧ ਪਾਉਣੀ ਤਾਂ ਕਾਗਜ਼ ਵਾਲਾ ਕੰਮ ਕਰਨਾ ਪਊਗਾ ਹੁਣ ਦੇਖਦੇ ਹਾਂ अगले साल तक की तजर्बा होंगे ये साढ़े पहली बार आए हैं हम पता लग जाऊ अगले साल तक।